ਨਸ਼ਿਆਂ ਦੇ ਵਿਰੁੱਧ ਕੀਤੀ ਕਾਰਵਾਈ ਤਾਂ ਘਰ 'ਚ ਵੜ ਕੇ ਕੀਤਾ ਹਮਲਾ। ਐਂਟੀ ਡਰੱਗ ਕਮੇਟੀ ਦੇ ਪ੍ਰਧਾਨ ਨੂੰ ਕੁੱਟਮਾਰ ਕਰ ਕੀਤਾ ਜ਼ਖਮੀ। ਸੀਸੀਟੀਵੀ ਦੇ ਵਿੱਚ ਕੈਦ ਹੋਈ ਸਾਰੀ ਵਾਰਦਾਤ। ਤਾਂ ਦੱਸ ਦੇ ਕਿ ਐਂਟੀ ਡਰੱਗ ਕਮੇਟੀ ਦੇ ਪ੍ਰਧਾਨ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਕਿਉਂਕਿ ਉਹ ਲਗਾਤਾਰ ਨਸ਼ਿਆਂ ਦੇ ਵਿਰੁੱਧ ਕਾਰਵਾਈ ਕਰ ਰਹੇ ਸੀ ਜੋ ਕਿ ਨਸ਼ਾ ਤਸਕਰਾਂ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਸੀ। ਜਿਸ ਤੋਂ ਬਾਅਦ ਇਹ ਉਹਨਾਂ ਦੇ ਘਰ ਦੇ ਵਿੱਚ ਵੜਦੇ ਨੇ ਅਤੇ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਕੁੱਟਮਾਰ ਕਰਦੇ ਨੇ। ਤਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਵਾਰਦਾਤ ਵੀ ਕੈਦ ਹੋਈ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਮਾਮਲਾ ਨਵਾਂਸ਼ਹਿਰ ਤੋਂ ਸਾਹਮਣੇ ਆਇਆ ਜਿੱਥੇ ਪੀੜਿਤ ਕਮਲਜੀਤ ਸਿੰਘ ਸਾਜਨ ਨੇ ਦੱਸਿਆ ਕਿ ਉਹ ਐਂਟੀ ਡਰੱਗ ਕਮੇਟੀ ਦੇ ਪ੍ਰਧਾਨ ਨੇ ਅਤੇ ਨਸ਼ੇ ਦੇ ਵਿਰੁੱਧ ਕੰਮ ਕਰਦੇ ਨੇ ਅਤੇ ਇਹਨਾਂ ਲੋਕਾਂ ਦਾ ਨਸ਼ਾ ਤਸਕਰਾਂ ਦੇ ਨਾਲ ਉੱਠਣਾ ਬੈਠਣਾ ਅਤੇ ਜੋ ਲੋਕ ਉਹਨਾਂ 'ਤੇ ਹਮਲਾ ਕਰਨ ਆਏ ਸੀ ਉਹਨਾਂ ਦੇ ਵਿੱਚੋਂ ਚਾਰ ਦੀ ਉਹਨਾਂ ਨੇ ਪਹਿਚਾਣ ਕਰ ਲਈ ਹੈ, ਜਦਕਿ ਜੋ 4 ਤੋਂ 5 ਹਮਲਾਵਰ ਦੂਸਰੇ ਸੀ ਉਹ ਅਣਪਛਾਤੇ ਦੱਸੇ ਜਾ ਰਹੇ ਆ, ਜਿਨ੍ਹਾਂ ਦੀ ਪਹਿਚਾਣ ਹਾਲੇ ਤੱਕ ਨਹੀਂ ਹੋ ਪਾਈ। ਉਹਨਾਂ ਦੱਸਿਆ ਕਿ ਬੰਟੀ ਨਾਮ ਦੇ ਵਿਅਕਤੀ ਨੇ ਹੱਥ 'ਤੇ ਉਹਨਾਂ 'ਤੇ ਸੱਟ ਮਾਰੀ ਅਤੇ ਕਿਸੇ ਹੋਰ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਉਸਦੇ ਕੰਨ 'ਤੇ ਵਾਰ ਕੀਤਾ। ਅਤੇ ਨਾਲ ਹੀ ਉਹਨਾਂ ਦੱਸਿਆ ਕਿ ਘਟਨਾ ਰਾਤ ਦੀ ਹੈ, ਜਦੋਂ ਉਹ ਆਪਣੇ ਘਰ ਦੇ ਵਿੱਚ ਰੋਟੀ ਖਾ ਰਹੇ ਸੀ ਤਾਂ ਘਰ ਦੇ ਬਾਹਰ ਆਵਾਜ਼ਾਂ ਆਉਂਦੀਆਂ ਨੇ, ਜਿਸ ਤੋਂ ਬਾਅਦ ਉਹਨਾਂ ਦਾ ਦਰਵਾਜ਼ਾ ਖੜਕਾਇਆ ਜਾਂਦਾ। ਤਾਂ ਉਹਨਾਂ ਦੀ ਪਤਨੀ ਨਿਸ਼ਾ ਦਰਵਾਜ਼ਾ ਖੋਲ੍ਹਦੀ ਹੈ ਤਾਂ ਉਹ ਉਸਦੀ ਪਤਨੀ ਨੂੰ ਫੜ ਕੇ ਬਾਹਰ ਘਸੀਟ ਕੇ ਲੈ ਜਾਂਦੇ ਆ ਅਤੇ ਉਸਦੀ ਕੁੱਟਮਾਰ ਕਰਨ ਲੱਗ ਜਾਂਦੇ ਆ। ਤਾਂ ਉਸੇ ਸਮੇਂ ਉਹ ਵੀ ਬਾਹਰ ਨਿਕਲਦੇ ਨੇ ਤਾਂ ਉਹਨਾਂ ਦੇ ਨਾਲ ਵੀ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਉਹਨਾਂ 'ਤੇ ਹਮਲਾ ਕਰ ਦਿੱਤਾ ਜਾਂਦਾ, ਜਿਸ ਦੇ ਵਿੱਚ ਉਹਨਾਂ ਦੀ ਉਂਗਲੀ ਅਤੇ ਕੰਨ 'ਤੇ ਸੱਟਾਂ ਲੱਗਦੀਆਂ ਨੇ। ਅਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ 2 ਦਿਨ ਪਹਿਲਾਂ ਹੀ ਸ਼ਮਸ਼ਾਨ ਘਾਟ ਦੇ ਬਾਹਰ ਇੱਕ ਨੌਜਵਾਨ ਨਸ਼ਾ ਕਰ ਰਿਹਾ ਸੀ, ਜਿਸ ਦੀ ਕਿ ਇਹਨਾਂ ਦੇ ਵੱਲੋਂ ਫੇਸਬੁੱਕ 'ਤੇ ਵੀਡੀਓ ਬਣਾ ਕੇ ਪੋਸਟ ਕੀਤੀ ਗਈ ਸੀ, ਜਿਸਦਾ ਕਿ ਇਹਨਾਂ ਦੇ ਵੱਲੋਂ ਬਹੁਤ ਇਤਰਾਜ਼ ਕੀਤਾ ਗਿਆ ਕਿ ਆਖਿਰ ਵੀਡੀਓ ਕਿਉਂ ਪਾਈ। ਉਹਨਾਂ ਕਿਹਾ ਕਿ ਹਮਲਾਵਰ ਨੇ ਜਾਂਦੇ ਜਾਂਦੇ ਇਹ ਵੀ ਕਿਹਾ ਕਿ ਤੈਨੂੰ ਜਾਣ ਤੋਂ ਮਾਰ ਦੇਵਾਂਗੇ ਜੇਕਰ ਹੁਣ ਨਸ਼ੇ ਦੇ ਵਿਰੁੱਧ ਕੁਝ ਵੀ ਬੋਲਿਆ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਸਾਡਾ ਵੀਰਾ ਜੀ, ਜਿੱਦਾਂ ਨਾ ਸਾਡੀ ਐਂਟੀ ਡਰੱਗ ਕਮੇਟੀ ਆ, ਉਹਦਾ ਪ੍ਰੈਜ਼ੀਡੈਂਟ ਆ ਮੈਂ, ਆਪਾਂ ਨਸ਼ੇ ਦਾ ਵਿਰੋਧ ਕਰਦੇ ਹਾਂ, ਖਾਸ ਕਰਕੇ ਚਿੱਟੇ ਦਾ। ਇਹ ਬੰਦੇ ਜਿਹੜੇ ਮੇਰੇ 'ਤੇ ਹਮਲਾ ਕਰਨ ਵਾਲੇ ਆ ਨਾ, ਇਹਨਾਂ ਦੀ ਨਸ਼ਾ ਤਸਕਰਾਂ ਨਾਲ 60-60 ਆ। ਉਹਨਾਂ ਵਿੱਚੋਂ ਜਿੱਦਾਂ ਰਾਜਾ ਪੰਚ, ਜਿਹਨੇ ਪਹਿਲਾਂ ਵੀ ਭੁਪਿੰਦਰ ਰਾਜਾ, ਜਿਹਨੇ ਪਹਿਲਾਂ ਵੀ ਸਾਡੇ 'ਤੇ ਕਈ ਵਾਰੀ ਦਰਖਾਸਤਾਂ ਦਿੱਤੀਆਂ 11-12, ਉਹ ਤੋਂ ਬਾਅਦ ਸੋਨੂੰ LIC, ਉਹ ਵੀ ਸਾਡੇ 'ਤੇ ਦਰਖਾਸਤਾਂ ਦਿੰਦਾ, ਆਪਣੀ ਦੁਕਾਨ 'ਚ ਬਿਠਾ ਕੇ ਉਹਨਾਂ ਦੀ ਇੰਟਰਵਿਊ ਕਰਾਉਂਦਾ। ਇੱਕ ਉਹਦਾ ਭਰਾ ਸੀ ਬੰਟੀ, ਇੱਕ ਸੀਗਾ ਨਾਲ ਬਿੰਦਰ, ਇਹ 4 ਜਣੇ ਦਾ ਮੇਨ ਸੀਗੇ, ਨਾਲ 4-5 ਬੰਦੇ ਜਿਹੜੇ ਸੀਗੇ, 4-5 ਬੰਦੇ ਜਿਹੜੇ ਹੋਰ ਸੀਗੇ ਉਹ ਅਣਪਛਾਤੇ, ਇਹਨਾਂ ਨੂੰ ਪਤਾ ਹੋਊਗਾ ਕਿਹੜੇ ਆ। ਠੀਕ ਆ ਜੀ, ਆਹ ਉਂਗਲ ਆ ਮੇਰੀ, ਆਹ ਦੇਖੋ, ਆਹ ਬੰਟੀ ਨੇ ਖੰਡਾ ਮਾਰਿਆ ਜੀ ਉਂਗਲ 'ਤੇ। ਆਹ ਜਿਹੜਾ ਕੰਨ 'ਤੇ ਲੱਗਾ ਆ, ਇਹ ਹਨੇਰੇ 'ਚ ਮੈਨੂੰ ਪਤਾ ਲੱਗਾ ਕਿਹੜੀ ਤਿੱਖੀ ਚੀਜ਼ ਸੀ, ਇਹ ਮੇਰੇ ਬਿੰਦਰ ਨੇ ਮਾਰਿਆ ਜੀ, ਨੀਲਾ ਸੀਗਾ ਮੈਨੂੰ ਪਤਾ ਲੱਗਾ, ਬਾਕੀ ਕੈਮਰਿਆਂ 'ਚ ਆ ਜਾਣਾ। ਇਹ ਵਾਰਦਾਤ ਮੇਰੇ ਘਰ ਦੇ ਬਿਲਕੁਲ ਦਰਵਾਜ਼ੇ ਬਾਹਰ, ਦਰਵਾਜ਼ਾ ਇਹਨਾਂ ਨੇ ਖਿੱਚ ਕੇ ਖੋਲ੍ਹਿਆ, ਪਹਿਲਾਂ ਗਾਲਾਂ ਕੱਢਦੇ ਪਈ ਬਾਹਰ ਉੱਚੀ ਉੱਚੀ, ਮੇਰੀ ਵਾਈਫ ਇਹਨਾਂ ਨੂੰ ਦੇਖਣ ਨਿਕਲੀ ਬਾਹਰ। ਜਦੋਂ ਵਾਈਫ ਮੇਰੀ ਬਾਹਰ ਨਿਕਲੀ, ਮੈਂ ਖਾਣਾ ਖਾਂਦਾ ਪਿਆ ਸੀ, ਮੈਂ ਅੰਦਰ ਕੈਮਰਾ ਦੇਖਿਆ, ਮੇਰੀ ਵਾਈਫ ਨੂੰ ਵੀ ਪੈ ਗਏ, ਉਹਨਾਂ ਨੇ ਵੀ ਖਿੱਚ ਤੂੰ ਇਹਨਾਂ ਨੇ ਕੀਤੀ। ਮੈਂ ਉੱਠ ਕੇ ਫਟਾਫਟ ਜਦੋਂ ਭੱਜ ਲੱਗਾ, ਮੇਰੇ ਦਰਵਾਜ਼ੇ 'ਚ ਆ ਗਏ, ਇਹਨੇ ਮੇਰਾ ਦਰਵਾਜ਼ਾ ਖੋਲ੍ਹਿਆ, ਮੈਨੂੰ ਜਾਕਟ ਫੜ ਕੇ ਬਾਹਰ ਖਿੱਚ ਲਿਆ। ਇਹ ਖੰਡਾ ਲੈ ਕੇ ਆਏ ਸੀਗੇ ਕੋਲ, ਹੋਰ ਵੀ ਲੈ ਕੇ ਆਏ ਸੀ ਡਾਂਗਾ ਡੂੰਗਾ, ਜਿੱਦਾਂ ਰਾਜੇ ਪੰਚ ਲਿਆ ਮੇਰੇ ਗੋਡੇ 'ਤੇ, ਇੱਧਰ ਡਾਂਗਾ ਮਾਰੀਆਂ ਮੇਰੇ, ਇਕੱਠੇ ਹੋ ਕੇ ਇਸੇ ਗੱਲ ਨੂੰ ਆਏ ਸੀਗੇ ਜੀ। ਕਿਉਂਕਿ ਕੱਲ੍ਹ ਮੈਂ ਇੱਕ ਟੀਕੇ ਲਾਉਂਦੇ ਮੁੰਡੇ ਦੀ ਵੀਡੀਓ ਪਾਈ ਸੀਗੀ, ਸ਼ਮਸ਼ਾਨ ਘਾਟ ਦੇ ਵਿੱਚ ਬੈਠਾ ਟੀਕਾ ਲਾਉਂਦੇ, ਉਹ ਵੀਡੀਓ ਪਾਈ ਸੀਗੀ, ਉਹਨਾਂ ਦਾ ਇਹਨਾਂ ਨੂੰ ਬਹੁਤ ਰਾਜ ਸੀ। ਇਹੀ ਗੱਲ ਵਾਰ ਵਾਰ ਕਹਿੰਦੇ ਤੂੰ ਨਵਾਂ ਜੰਮਿਆ ਸਮਾਜ ਸੀ ਵੀ ਤੂੰ ਚਿੱਟਾ ਕੀ ਬੰਦ ਕਰਾਊਂਗਾ। ਨਾਲ ਜਿਹੜਾ ਸੋਨੂੰ LIC ਆ, ਉਹ ਕਹਿ ਕੇ ਗਿਆ ਮੈਨੂੰ ਉੱਥੇ, ਕਹਿੰਦਾ ਨੰਬਰਦਾਰੀ ਆਪਣੀ ਹਿੱਕ ਦੇ ਜ਼ੋਰ ਨਾਲ ਲਈ ਆ, ਸਰਕਾਰਾਂ ਦਰਬਾਰੇ ਸਾਡਾ ਰਾਜ ਚੱਲਦਾ, ਵੱਡੇ ਵੱਡੇ ਅਫਸਰ ਵੀ ਮੇਰੇ ਘਰ ਆ ਕੇ ਮੈਨੂੰ ਸਲੂਟ ਮਾਰਦੇ ਆ, ਤੂੰ ਜੋ ਕਰਨਾ ਕਰ ਲਈ। ਹਾਂ, ਨਾਲੇ ਜਾਂਦੇ ਜਾਂਦੇ
ਤੁਸੀਂ ਦੇਖਿਓ ਫੋਟੋ 'ਚ ਮੇਰੀ ਜੀ ਵਿੱਚ ਹੈਗਾ, ਖੰਡੇ ਲਹਿਰਾਉਂਦੇ ਗਏ ਆ, ਵਾਰ ਵਾਰ ਇਹ ਕਹਿੰਦੇ ਗਏ ਆ ਤੈਨੂੰ ਤਾਂ ਖਤਮ ਕਰਨਾ ਹੀ ਕਰਨਾ, ਹੁਣ ਤੂੰ ਬੰਦ ਕਰਾ ਕੇ ਦਿਖਾ ਲਈ, ਹੁਣ ਤੂੰ ਨਸ਼ੇ ਵੱਲੋਂ ਚੱਲ ਕੇ ਦਿਖਾ ਲਈ, ਸਾਡੇ ਤੋਂ ਬੁਰਾ ਕੋਈ ਨਹੀਂ ਹੈਗਾ, ਅਸੀਂ ਤੈਨੂੰ ਮਾਰ ਵੀ ਸਕਦੇ ਹਾਂ। ਮੇਰੀ ਮੰਗ ਇਹੀ ਆ ਜੀ, ਮੈਨੂੰ ਇਨਸਾਫ ਮਿਲਣਾ ਚਾਹੀਦਾ। ਇਹ ਜਿਹੜੇ ਅਸੀਂ ਨਸ਼ਾ ਰੋਕਣ ਵਾਲੇ, ਨਸ਼ਾ ਬਕਵਾਨ ਵਾਲੇ ਪ੍ਰਮੋਟ ਕਰਦੇ ਨਸ਼ਾ, ਰਾਜੇ ਨੇ ਤਾਂ ਆਪਣੀ ਵਾਈਫ ਤੋਂ ਵੀ ਮੇਰੇ 'ਤੇ ਇੱਕ ਦਰਖਾਸਤ ਦਵਾਈ ਆ ਬਿਨਾਂ ਵਜ੍ਹਾ ਤੋਂ। ਉਹ ਦੇਖੋ ਕੋਈ ਅਸੀਂ ਪੋਸਟ ਪਾਉਂਦੇ ਹਾਂ ਉਹਦੇ ਥੱਲੇ ਗੰਦੇ ਗੰਦੇ ਕਮੈਂਟ ਕਰਦੀ, ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦੀ ਜੀ ਵਾਈਫ ਪੰਚ ਦੀ। ਮੈਂ ਵਾਰ ਵਾਰ ਇਹੀ ਕਹਿੰਦਾ ਇਹ ਨਸ਼ਾ ਬਕਵਾਨ ਵਾਲੇ ਨਾਲ ਆ ਜੀ, ਤੁਸੀਂ ਜਦੋਂ ਮਰਜ਼ੀ ਚੈੱਕ ਕਰ ਲਓ, ਇਹਨਾਂ ਬੰਦਿਆਂ ਤੋਂ ਮੈਨੂੰ ਖਤਰਾ ਆ, ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ। ਸਾਨੂੰ ਇੱਕ ਫੋਨ ਆਇਆ ਸੀਗਾ ਵੀ ਔੜ ਪਿੰਡ ਲੜਾਈ ਹੋ ਰਹੀ ਆ, ਜਿਸ 'ਤੇ ਮੈਂ ਪੁਲਿਸ ਪਾਰਟੀ ਮੌਕੇ 'ਤੇ ਭੇਜੀ ਆ ਜੀ। ਮੌਕੇ 'ਤੇ ਜਾ ਕੇ ਪਤਾ ਲੱਗਾ, ਦੇਖਿਆ ਜਾ ਕੇ ਸਾਡੇ ਜਾਣ ਤੋਂ ਪਹਿਲਾਂ ਲੜਾਈ ਖਤਮ ਹੋ ਚੁੱਕੀ ਸੀ। ਸਾਜਨ ਕੁਮਾਰ ਦੇ ਗਲੀ ਦੇ ਵਿੱਚ ਪਤਾ ਲੱਗਾ ਵੀ ਲੜਾਈ ਹੋਈ ਹੈ, ਠੀਕ ਆ ਜੀ। ਉਹਦੇ ਸੰਬੰਧ ਵਿੱਚ 4-5 ਬੰਦਿਆਂ ਦੇ ਖਿਲਾਫ਼ ਪਰਚਾ ਦਰਜ ਕਰਤਾ ਜੀ, ਮੁਕੱਦਮਾ ਦਰਜ ਕਰਤਾ, ਮੁਕੱਦਮਾ ਨੰਬਰ 11 ਜੀ। ਇਹ ਕਿਹਦੇ ਖਿਲਾਫ਼ ਦਰਜ ਹੋਇਆ ਜੀ? ਕੌਣ ਲੱਗੇ ਜੀ? ਸਰ 4-5 ਬੰਦੇ ਆ ਬਾਈ ਨੇ ਜੀ, ਕਿਤੇ ਦੇਖੋ 4-5 ਬੰਦੇ ਆ ਜੀ। ਹੁਣ ਗਾਂ CCTV ਕੈਮਰੇ 'ਤੇ ਲੱਗਿਆ ਉੱਥੇ, ਉਹ ਕੈਮਰੇ ਦੇਖਾਂਗੇ ਜੀ। ਕੈਮਰੇ ਕਿਹੜੇ ਕਿਹੜੇ ਵੱਲੋਂ ਇਹ ਕਹਿ ਰਿਹਾ 4 ਬੰਦਿਆਂ ਦੇ ਉਹਦੇ ਵੱਲੋਂ ਨਾਂ ਲੈ ਗਏ ਆ ਸਰ, ਅਤੇ 4-5 ਅਣਪਛਾਤੇ ਵੀ ਕਹਿ ਰਹੇ ਨੇ ਸਰ। ਸਰ ਉਹ ਤਾਂ CCTV ਉਹਦੇ ਕੈਮਰਿਆਂ ਨੇ ਪਤਾ ਲੱਗੂ ਜੀ। ਹਾਂ ਉਹ ਤਾਂ ਅਸੀਂ ਮੌਕੇ 'ਤੇ ਨਹੀਂ ਕਰਦੇ ਸਰ। ਇਹ ਹੋਈ ਲੜਾਈ ਹੋਈ ਕਿਹਦੇ ਘਰ ਦੇ ਕੋਲ ਹੋਈ ਆ, ਨਜ਼ਦੀਕ ਕਿਹਦਾ ਘਰ ਸੀ? ਮੇਰੇ ਖਿਆਲ ਸਰ ਮੈਂ ਵੀ ਮੌਕੇ 'ਤੇ ਜਾ ਕੇ ਵੱਧ ਜਾ ਕੇ ਮੌਕੇ 'ਤੇ ਹੋ ਕੇ, ਅਤੇ ਉੱਥੇ ਇੱਕ ਦੁਕਾਨ ਆ ਜੀ, ਕਰਿਆਨੇ ਦੁਕਾਨ ਆ ਜੀ, ਉਹਦੇ ਲੱਗੇ ਜੀ। ਇਹਦੇ ਘਰ ਤੋਂ ਸਾਜਨ ਦੇ ਘਰ ਦੇ ਖੂੰਜੇ ਜਾਂ ਕੋਰਨਰ ਜਾਂ ਸਰ ਕਮਲਜੀਤ ਸਾਜਨ ਵੱਲੋਂ ਇਹ ਵੀ ਦੋਸ਼ ਲਗਾਏ ਜਾ ਰਹੇ ਹਨ ਕਿ ਵੀ ਉਹ ਕਹਿੰਦਾ ਮੇਰੀ ਘਰਵਾਲੀ ਨਾਲ ਵੀ ਉਹ ਬੰਦੇ ਹਮਲਾਕਾਰ ਹੱਥੋਂ ਪਏ ਹੋਏ। ਸਰ ਉਹ ਹੁਣ CCTV ਕੈਮਰੇ ਫੁੱਟੇਜ ਦੇਖ ਰਹੇ ਚੰਗੀ ਤਰ੍ਹਾਂ, ਉਹ ਕਰ ਰਹੇ ਠੀਕ ਆ ਜੀ। ਜਿਹੜੇ ਵੀ ਆਏ ਉਹ ਕਾਰਵਾਈ ਕਰਾਂਗੇ, ਉਹਦੇ ਖਿਲਾਫ਼ ਕਾਰਵਾਈ ਕਰਾਂਗੇ ਸਰ।